उन्होंने वध वध के सिर मारे। इधरों जरनैल उठे सी मालवे की धरती तो कड़े कड़े वे जरनैल उठ के माझे च गए संघर्ष किया। उसे तो हूं बचा कोई नहीं, लुकाउन छुपाने वाली गल नहीं हैगी। नौजवानों वारी इस बार मालवे की है, मैं धड़िया च नहीं बनता। मालवा माझा दुआबा खुआत सारी साडे है, पर सच्चाई इस गल की है भी अज जो इतने अमृत संचार होना है ते असीं इह सौध करना है भी सतगुरु सच्चे पातशाह आनंदपुर साहब का किला छड़ के मालवे की धरती नूं आए सी ते असीं अज गुरु के घर जाणा आनंदपुर साहब की धरती नूं असीं पिछ नहीं विखाउणी। सो अज आनंदपुर वापसी करिए ते कई घर वापसियां करा रहे ने, कई किते वापसियां करा रहे ने, जी सदके कराउण। साडी वापसी किथे होणी है, साडा किसे नूं नहीं बणना। देखो मुगलां दे मौके वी असीं नौकरियां कीतियां पर पंथ नूं प्रथम रखिया, असीं पंथ नूं पिठ नहीं विखाई। तुहानूं इह सौ खवाउंदे ने किहदी, गुरु ग्रंथ साहिब महाराज की सौ खवाउंदे ने। गुरु ग्रंथ साहिब महाराज की सौ खाण लग्गिआ जी गुरु दी सौ खाईए, जे उहदे ते विपतान बणे उहदी बेअदबी हो जावे ते असीं किसे होर कानून कायदे नूं चकणा चाल पाउणा फिर। सो तुसीं वी जदों मौका बणदा है पंथ वल खलोणा है, पंथ नूं पिठ नहीं विखाउणी। ਇਹ ਨੌਕਰੀਆਂ ਚੱਲਦੀਆਂ ਰਹਿਣੀਆਂ, ਜਦੋਂ ਸੰਸਾਰ ਤੋਂ ਤੁਰ ਗਏ ਕਿਸੇ ਨੇ ਨੌਕਰੀ ਕਰਕੇ ਨਹੀਂ ਜਾਣਨਾ। ਅੱਜ ਭਾਈ ਦਲਾਵਰ ਸਿੰਘ ਨੂੰ ਜਾਣਦੇ ਆ, ਪੁੱਛ ਸੀ ਸਤਵੰਤ ਸਿੰਘ ਨੂੰ ਜਾਣਦੇ ਆ, ਭਾਈ ਬਿਆਨ ਸਿੰਘ ਨੂੰ ਜਾਣਦੇ ਆ, ਭਾਈ ਕੇਰ ਸਿੰਘ ਨੂੰ ਜਾਣਦੇ ਆ, ਸਾਰੇ ਨੌਕਰੀਆਂ ਕਰਨ ਵਾਲੇ ਸੀ ਪਰ ਛੱਡ ਕੇ ਆ ਗਏ। ਅੱਜ ਉਹਨਾਂ ਦੇ ਭੋਗਾਂ ਦੇ ਉੱਤੇ ਮੇਲੇ ਲੱਗਦੇ ਨੇ, ਕੱਟ ਹੁੰਦੇ ਨੇ ਤੇ ਅੱਜ ਉਦਾਂ ਕਿਤੇ ਪੁਲਿਸ ਵਾਲੇ ਮਰ ਜਾਂਦੇ ਨੇ ਆਪਣੇ ਕੰਮ ਕਾਰ ਕਰਦੇ ਆ। ਸੋ ਪੰਥ ਨੂੰ ਚੁਣ ਲਓ, ਲਕੀਰ ਖਿੱਚ ਕੇ ਸੰਘਰਸ਼ ਲੜੀਏ। ਇੰਨੀਆਂ ਕੁ ਬੇਨਤੀਆਂ ਕਰਨੀਆਂ, 19 ਤਰੀਕ ਨੂੰ ਵੀਰ ਮੁਕਤਸਰ ਸਾਹਿਬ ਤੋਂ ਸ਼ੁਰੂ ਹੋਣੀ ਹੈ, ਸੰਗਤਾਂ ਨੂੰ ਅਪੀਲ ਹੈ ਵੱਧ ਚੜ੍ਹ ਕੇ ਹਿੱਸਾ ਲਈਏ। ਖਾਲਸਾ ਵੀਰ ਪੰਜਾਬ ਚ ਕੱਤੀਏ ਤੇ ਹਕੂਮਤ ਨੂੰ ਦੱਸ ਦਈਏ ਤੇ ਖਾਲਸਾ। ਇੰਨੀਆਂ ਕੁ ਬੇਨਤੀਆਂ ਦਾ ਖਮਾ ਦਾ ਜਾ ਚੁੱਕਾ ਜੀ ਤੇ ਪੰਥ ਦੀ ਖਾਤਰ ਸੰਘਰਸ਼ ਦੇ ਵਿੱਚ ਮਰ ਜਾਇਓ ਤੇ ਟੀਕਾ ਲਾ ਕੇ ਨਹੀਂ ਮਰਨਾ। ਧਰਤੀ ਤੇ ਸੰਘਰਸ਼ ਚੱਲਿਆ, ਉਹਨਾਂ ਨੇ ਵੱਧ ਵੱਧ ਕੇ ਸਿਰ ਮਾਰੇ। ਇਧਰੋਂ ਜਰਨੈਲ ਉੱਠੇ ਸੀ ਮਾਲਵੇ ਦੀ ਧਰਤੀ ਤੋਂ, ਕਿਹੜੇ ਕਿਹੜੇ ਵੱਡੇ ਜਰਨੈਲ ਉੱਠ ਕੇ ਮਾਝੇ ਚ ਗਏ ਸੰਘਰਸ਼ ਕੀਤਾ। ਉਹਦੇ ਤੇ ਹੁਣ ਬਚਿਆ ਕੋਈ ਨਹੀਂ, ਲੁਕਾਉਣ ਛੁਪਾਉਣ ਵਾਲੀ ਗੱਲ ਨਹੀਂ ਹੈਗੀ। ਨੌਜਵਾਨੋ ਵਾਰੀ ਇਸ ਵਾਰ ਮਾਲਵੇ ਦੀ ਹੈ, ਮੈਂ ਧੜਿਆਂ ਚ ਨਹੀਂ ਬਣਦਾ। ਮਾਲਵਾ ਮਾਝਾ ਦੁਆਬਾ ਖੁਆਤ ਸਾਰੀ ਸਾਡੇ ਹੈ, ਪਰ ਸੱਚਾਈ ਇਸ ਗੱਲ ਦੀ ਹੈ ਵੀ ਅੱਜ ਜਦੋਂ ਇੱਥੇ ਅੰਮ੍ਰਿਤ ਸੰਚਾਰ ਹੋਣਾ ਹੈ ਤੇ ਅਸੀਂ ਇਹ ਸੌਧ ਕਰਨਾ ਹੈ ਵੀ ਸਤਿਗੁਰ ਸੱਚੇ ਪਾਤਸ਼ਾਹ ਆਨੰਦਪੁਰ ਸਾਹਿਬ ਦਾ ਕਿਲਾ ਛੱਡ ਕੇ ਮਾਲਵੇ ਦੀ ਧਰਤੀ ਨੂੰ ਆਏ ਸੀ ਤੇ ਅਸੀਂ ਅੱਜ ਗੁਰੂ ਕੇ ਘਰ ਜਾਣਾ ਆਨੰਦਪੁਰ ਸਾਹਿਬ ਦੀ ਧਰਤੀ ਨੂੰ ਅਸੀਂ ਪਿੱਠ ਨਹੀਂ ਵਿਖਾਉਣੀ। ਸੋ ਅੱਜ ਆਨੰਦਪੁਰ ਵਾਪਸੀ ਕਰੀਏ ਤੇ ਕਈ ਘਰ ਵਾਪਸੀਆਂ ਕਰਾ ਰਹੇ ਨੇ, ਕਈ ਕਿਤੇ ਵਾਪਸੀਆਂ ਕਰਾ ਰਹੇ ਨੇ, ਜੀ ਸਦਕੇ ਕਰਾਉਣ। ਸਾਡੀ ਵਾਪਸੀ ਕਿੱਥੇ ਹੋਣੀ ਹੈ, ਸਾਡਾ ਕਿਸੇ ਨੂੰ ਨਹੀਂ ਬਣਨਾ। ਦੇਖੋ ਮੁਗਲਾਂ ਦੇ ਮੌਕੇ ਵੀ ਅਸੀਂ ਨੌਕਰੀਆਂ ਕੀਤੀਆਂ ਪਰ ਪੰਥ ਨੂੰ ਪ੍ਰਥਮ ਰੱਖਿਆ, ਅਸੀਂ ਪੰਥ ਨੂੰ ਪਿੱਠ ਨਹੀਂ ਵਿਖਾਈ। ਤੁਹਾਨੂੰ ਇਹ ਸੌ ਖਵਾਉਂਦੇ ਨੇ ਕਿਹਦੀ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਸੌ ਖਵਾਉਂਦੇ ਨੇ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਸੌ ਖਾਣ ਲੱਗਿਆ ਜੇ ਗੁਰੂ ਦੀ ਸੌ ਖਾਈਏ, ਜੇ ਉਹਦੇ ਤੇ ਵਿਪਤਾਨ ਬਣੇ ਉਹਦੀ ਬੇਅਦਬੀ ਹੋ ਜਾਵੇ ਤੇ ਅਸੀਂ ਕਿਸੇ ਹੋਰ ਕਾਨੂੰਨ ਕਾਇਦੇ ਨੂੰ ਚੱਕਣਾ ਚਾਲ ਪਾਉਣਾ ਫਿਰ। ਸੋ ਤੁਸੀਂ ਵੀ ਜਦੋਂ ਮੌਕਾ ਬਣਦਾ ਹੈ ਪੰਥ ਵੱਲ ਖਲੋਣਾ ਹੈ, ਪੰਥ ਨੂੰ ਪਿੱਠ ਨਹੀਂ ਵਿਖਾਉਣੀ। ਇਹ ਨੌਕਰੀਆਂ ਚੱਲਦੀਆਂ ਰਹਿਣੀਆਂ, ਜਦੋਂ ਸੰਸਾਰ ਤੋਂ ਤੁਰ ਗਏ ਕਿਸੇ ਨੇ ਨੌਕਰੀ ਕਰਕੇ ਨਹੀਂ ਜਾਣਨਾ। ਅੱਜ ਭਾਈ ਦਲਾਵਰ ਸਿੰਘ ਨੂੰ ਜਾਣਦੇ ਆ, ਪੁੱਛ ਸੀ ਸਤਵੰਤ ਸਿੰਘ ਨੂੰ ਜਾਣਦੇ ਆ, ਭਾਈ ਬਿਆਨ ਸਿੰਘ ਨੂੰ ਜਾਣਦੇ ਆ, ਭਾਈ ਕੇਰ ਸਿੰਘ ਨੂੰ ਜਾਣਦੇ ਆ, ਸਾਰੇ ਨੌਕਰੀਆਂ ਕਰਨ ਵਾਲੇ ਸੀ ਪਰ ਛੱਡ ਕੇ ਆ ਗਏ। ਅੱਜ ਉਹਨਾਂ ਦੇ ਭੋਗਾਂ ਦੇ ਉੱਤੇ ਮੇਲੇ ਲੱਗਦੇ ਨੇ, ਕੱਟ ਹੁੰਦੇ ਨੇ ਤੇ ਅੱਜ ਉਦਾਂ ਕਿਤੇ ਪੁਲਿਸ ਵਾਲੇ ਮਰ ਜਾਂਦੇ ਨੇ ਆਪਣੇ ਕੰਮ ਕਾਰ ਕਰਦੇ ਆ। ਸੋ ਪੰਥ ਨੂੰ ਚੁਣ ਲਓ, ਲਕੀਰ ਖਿੱਚ ਕੇ ਸੰਘਰਸ਼ ਲੜੀਏ। ਇੰਨੀਆਂ ਕੁ ਬੇਨਤੀਆਂ ਕਰਨੀਆਂ, 19 ਤਰੀਕ ਨੂੰ ਵੀਰ ਮੁਕਤਸਰ ਸਾਹਿਬ ਤੋਂ ਸ਼ੁਰੂ ਹੋਣੀ ਹੈ, ਸੰਗਤਾਂ ਨੂੰ ਅਪੀਲ ਹੈ ਵੱਧ ਚੜ੍ਹ ਕੇ ਹਿੱਸਾ ਲਈਏ। ਖਾਲਸਾ ਵੀਰ ਪੰਜਾਬ ਚ ਕੱਤੀਏ ਤੇ ਹਕੂਮਤ ਨੂੰ ਦੱਸ ਦਈਏ ਕਿ ਖਾਲਸਾ ਮਰਿਆ ਨਹੀਂ, ਇਹ ਜਿਉਂਦਾ ਹੈ ਤੇ ਆਪਣੇ ਨਾਲ ਕੱਲੀ ਕੱਲੀ ਹੋਈ ਨਾਨਸਾਹਿਬ।